ਸੋ ਜਿਹੜਾ ਸੈਨ ਫ੍ਰਾਂਸਿਸਕੋ ਦਾ ਕੋਰਟ ਆ ਉਹ ਸਾਰਾ ਜਿਹੜਾ ਸੀਗਾ ਵੈਬਐਕਸ ਹੀ ਚੱਲ ਰਿਹਾ। ਓਕੇ ਮੇਰੇ ਖਿਆਲ ਹੁਣ 2-3 ਸਾਲ ਹੋ ਗਏ ਕੋਈ ਵੀ ਜੱਜ ਨੇ ਕੋਰਟ ਦੇ ਵਿੱਚ ਨਹੀਂ ਬੁਲਾਇਆ। ਓਕੇ ਠੀਕ ਹੈ ਜੀ। ਸਿਰਫ ਜਿਹੜੇ ਰਿਸਪੋਂਡੈਂਟ ਆ ਕਲਾਇੰਟ ਆ ਜਿਹੜੇ ਉਹਨਾਂ ਨੂੰ ਬੁਲਾਉਂਦੇ ਆ ਤੇ ਵਕੀਲਾਂ ਦਾ ਤਕਰੀਬਨ ਵੈਬਐਕਸ ਹੀ ਸੀਗਾ। ਜੱਜ ਸਾਰੇ ਹੀ ਤਕਰੀਬਨ ਵਧੀਆ, ਸਾਰੇ ਹੀ ਜਿਹੜੇ ਸੈਨ ਫ੍ਰਾਂਸਿਸਕੋ ਵਾਲੇ ਆ ਗੁੱਡ। ਕੌਂਕੜ ਦੇ ਵਿੱਚ ਮੋਸਟਲੀ ਵੈਬਐਕਸ ਆ, ਕਈ ਜੱਜਸ ਜਿਹੜੇ ਆ ਉਹ ਇਨ ਪਰਸਨ ਬੁਲਾਉਂਦੇ ਆ ਤੇ ਜਿਹੜੇ ਕਲਾਇੰਟ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਇਨ ਪਰਸਨ ਉਹ ਬੁਲਾ ਲੈਂਦੇ ਆ। ਤੇ ਕੌਂਕੜ ਵੀ ਜਿਹੜਾ ਓਵਰਆਲ ਆ ਠੀਕ ਆ ਕੋਰਟ, ਕਾਫੀ ਵਧੀਆ ਜੱਜਸ ਹੈਗੇ ਨੇ, ਕਈ 2-3 ਜਿਹੜੇ ਹੈਗੇ ਨੇ ਸਟ੍ਰਿਕਟ ਵੀ ਜੱਜ ਜਿਹੜੇ ਹੈਗੇ ਨੇ, ਨਹੀਂ ਡਿਜ਼ਾਇਨ ਰਿਲੀਫ ਮਿਲਦਾ। ਸੈਂਟਾ ਨਾਲ ਜੇ ਵੱਧਦੇ ਆ ਤਾਂ ਜ਼ਿਆਦਾਤਰ ਜਿਹੜੇ ਰੇਟਿੰਗ ਉੱਥੇ ਲੋ ਆ ਤੇ ਸਰਕਾਰੀ ਵਕੀਲ ਜਿਹੜੇ ਜ਼ਿਆਦਾ ਟਾਈਟ ਆ ਤੇ ਉੱਥੇ ਜ਼ਿਆਦਾ ਜਿਹੜੀ ਜਲਦੀ ਤਰੀਕ ਜਿਹੜੀ ਆ ਜਾਂਦੀ ਆ ਤੇ ਲੋਕਾਂ ਨੂੰ ਜਿਹੜਾ ਕਈ ਵਾਰੀ ਉਹ ਜਿਹੜੇ ਆਈਸ ਵਾਲੇ ਆ ਉਹ ਕੜਾ ਵਗੈਰਾ ਵੀ ਲਾਂਦੇ ਨਹੀਂ ਬੰਦੇ ਦਾ, ਤੇ ਬਾਅਦ ਚੋਂ ਜੇ ਮੂਵ ਵੀ ਹੁੰਦੇ ਆ ਤਾਂ ਕੇਸ ਉਹਨਾਂ ਦਾ ਮੂਵ ਨਹੀਂ ਹੁੰਦਾ। ਸੈਂਟਾਨਾ ਦੇ ਵਿੱਚ ਸਾਨੂੰ ਇਹ ਵੇਖਣ ਨੂੰ ਮਿਲ ਰਿਹਾ ਕਿ ਜਿਹੜੇ ਨਵੇਂ ਬੰਦੇ ਜੇ ਆਉਂਦੇ ਆ, ਇੱਕ ਤਾਂ CLP ਉਹਨਾਂ ਤੇ ਲੱਗੀ ਹੁੰਦੀ ਆ ਤੇ ਫਿਰ ਸੈਂਟਾਨਾ ਦੇ ਵਿੱਚ ਡੇਟ ਛੇਤੀ ਜਿਹੜੀ 6 ਮਹੀਨੇ ਦੇ ਵਿੱਚ ਉਹ ਆ ਰਹੀ ਆ ਤੇ ਵਰਕ ਪਰਮਿਟ ਵੀ ਨਹੀਂ ਕਈ ਵਾਰੀ ਪਹੁੰਚਿਆ ਹੁੰਦਾ ਤੇ ਫਾਈਨਲ ਤਰੀਕ ਆ ਜਾਂਦੀ ਆ। ਕਈ ਜੱਜਸ ਦੀ ਰੇਟਿੰਗ ਜਿੱਦਾਂ 6%, 10%, 20% ਇੱਦਾਂ ਕਾਫੀ ਰੇਟਿੰਗ ਜਿਹੜੀ ਉੱਥੇ ਹੈਗੀ ਆ। ਠੀਕ ਆ, ਓਕੇ। ਤੇ ਉਹਦੇ ਵਿੱਚ ਜਿਹੜਾ ਲੋਕਾਂ ਦਾ ਥੋਟ ਪ੍ਰੋਸੈਸ ਇਹ ਹੁੰਦਾ ਕਿ ਵਰਕ ਪਰਮਿਟ ਦੀ ਓਬਵੀਅਸਲੀ ਸਾਰਿਆਂ ਨੂੰ ਬੜੀ ਇੰਪੋਰਟੈਂਸ ਹੁੰਦੀ ਆ ਜਦੋਂ ਨਵਾਂ ਆਉਂਦਾ ਬੰਦਾ। ਤੇ ਯਾਰ ਦੋਸਤ ਵੀ ਸਲਾਹ ਕਈ ਵਾਰੀ ਦੇ ਦਿੰਦੇ ਆ ਜਿਹੜੀ ਕਿ ਗਲਤ ਸਲਾਹ ਹੁੰਦੀ ਆ ਕਿ ਪਹਿਲਾਂ ਵਰਕ ਪਰਮਿਟ ਦੀ ਵੇਟ ਕਰ ਲਾ ਫਿਰ ਚੱਲ ਜੀ, ਬਾਅਦ ਚ ਮੂਵ ਆ ਜੀ। ਤੇ ਉਹ ਜਿਹੜਾ ਸੈਂਟਾਨਾ ਵਾਲਾ ਕੋਰਟ ਆ ਉਹ ਫਿਰ ਮੂਵ ਹੋਣ ਨਹੀਂ ਦੇ ਰਿਹਾ। ਬੜੀ ਵਾਰੀ ਆਪਾਂ ਰਿਪੀਟਡ ਜਿਹੜਾ ਦੇਖ ਲਿਆ ਤੇ ਬੰਦਾ ਕਹਿੰਦਾ ਮੈਂ ਤਾਂ ਪਹਿਲਾਂ ਹੀ ਮੂਵ ਹੋਣ ਨੂੰ ਫਿਰਦਾ ਸੀ, ਵਰਕ ਪਰਮਿਟ ਕਰਕੇ ਮੈਂ ਰੁਕ ਗਿਆ ਸੀਗਾ ਸ਼ਹਿਰ ਚ। ਤੇ ਉਹ ਟੂ ਲੇਟ ਕਈ ਵਾਰੀ ਹੋ ਜਾਂਦਾ ਜੇ ਪਹਿਲਾਂ ਹੀ ਉਹ, ਇੱਕ ਵਾਰੀ ਨਾ ਤਰੀਕ ਆਪਾਂ ਦੇਖਿਆ ਜੇ ਪਾ ਦਿੰਦੇ ਆ ਤਾਂ ਫਿਰ ਉਹ ਦੁਬਾਰਾ ਬਹੁਤ ਘੱਟ ਆ ਜਿਹੜੇ ਜੱਜਿਸ ਉਹ ਚੇਂਜ ਕਰਦੇ ਆ, ਤਕਰੀਬਨ ਜਿਹੜੇ ਉਹ ਫਿਰ ਤਰੀਕ ਜਿਹੜੀ ਭੁਗਤਾ ਕੇ ਹੀ ਛੱਡਦੇ ਬੰਦੇ ਨੂੰ। ਤੇ ਉਹ ਸੈਂਟਾ ਇਹਨਾਂ ਦਾ ਜਿਹੜਾ ਸੀਗਾ। ਬਾਕੀ LA ਵਗੈਰਾ ਵਾਲੇ ਠੀਕ ਆ, ਕੋਰਟ ਮਿਕਸਡ ਬੈਗ ਆ, ਡਿਪੈਂਡ ਕਿਹੜਾ ਜੱਜ ਜਿਹੜਾ ਆਉਂਦਾ। ਨਿਊਯਾਰਕ ਵਾਲੇ ਜਿਹੜੇ ਠੀਕ ਆ ਕੋਰਟ, ਕਈ ਵਾਰੀ ਤਰੀਕਾਂ ਤਰੁਕਾਂ ਜਿਹੜੀਆਂ ਉਹ ਕੈਂਸਲ ਹੋ ਜਾਂਦੀਆਂ ਜਾਂ ਪੁਰਾਣੀਆਂ ਲੈਂਦੀ ਨਹੀਂ ਪਈਆਂ, ਪਰ ਓਵਰਆਲ ਜਿਹੜਾ ਇੱਥੇ ਜ਼ਿਆਦਾ ਇਹ ਕੋਰਟਸ ਦੇ ਵਿੱਚ ਸਰਗਰਮੀ ਰਹਿੰਦੀ ਹੈ, ਜ਼ਿਆਦਾ ਆਪਾਂ ਕੇਸ ਜਿਹੜੇ ਉਹਨਾਂ ਦੇ ਡੀਲ ਕਰਦੇ ਹਾਂ। ਤੇ ਇਹ ਜਿਹੜਾ ਸੀਗਾ ਕੋਰਟ ਦਾ ਓਵਰਆਲ ਹਾਲ ਜਿਹੜਾ ਸੀਗਾ। ਕੋਰਟਸ ਦੇ ਵਿੱਚ ਹੁਣ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ ਸਪੈਸ਼ਲੀ ਜਿੱਦਾਂ ਹੁਣ ਸੈਂਟਾਨ ਆ, ਉਹਦੇ ਵਿੱਚ ਸਰਕਾਰੀ ਵਕੀਲ ਕਹਿ ਦਿੰਦਾ ਕਿ ਮੇਰਾ ਮੁੱਦਾ ਕਹਿੰਦਾ ਇੱਕੋ ਹੀ ਆ ਕੇਸ ਦੇ ਵਿੱਚ, ਤੇ ਮੁੱਦਾ ਇਹ ਹੈ ਕਿ ਇੰਡੀਆ ਦੀਆਂ ਫੋਟੋਆਂ ਕਿੱਥੇ ਆ, ਗਤੀਵਿਧੀ ਦੀਆਂ। ਠੀਕ ਆ, ਓਕੇ। ਤੇ ਇਹ ਜਿਹੜਾ ਉਰੇ ਵੀ ਕਾਫੀ ਮੁੱਦਾ, ਹੁਣ ਜਿਹੜੇ ਜੱਜਿਸ ਨੂੰ ਵੀ ਪ੍ਰੋਬਲਮ ਇਹ ਹੋ ਰਹੀ ਆ ਕਿ ਅਮਰੀਕਾ ਦੇ ਵਿੱਚ ਤੁਹਾਡੀ ਇੰਨੀਆਂ ਫੋਟੋ, ਇੰਡੀਆ ਦੇ ਵਿੱਚ ਇੱਕ ਵੀ ਫੋਟੋ ਨਹੀਂ, ਹਨਾ। ਤੇ ਉਹ ਮੁੱਦਾ ਜਿਹੜਾ ਕਾਫੀ ਹੈਗਾ ਕਿ ਉੱਤੋਂ ਇਹ ਸੁਜੈਸ਼ਨ ਹੁੰਦਾ ਕਿ ਕਿਤੇ ਇਹ ਐਕਟੀਵਿਟੀ ਕਰਦੇ ਵੀ ਸੀਗੇ ਕਿ ਨਹੀਂ ਕਰਦੇ ਸੀਗੇ। ਤੇ ਦੂਸਰਾ ਉਹ ਜਿਹੜਾ ਮੁੱਦਾ ਛੇੜਦੇ ਆ ਕਿ ਕੰਟਰੀ ਕੰਡੀਸ਼ਨ ਨੂੰ, ਕਹਿੰਦੇ ਅਖਬਾਰ ਇਹੋ ਜੀ ਕੋਈ ਆਰਟੀਕਲ ਕੋਈ ਨਿਊਜ਼ ਪੇਸ਼ ਕਰੋ ਜਿਹਦੇ ਵਿੱਚ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਰੈਂਕ ਦੇ ਵਰਕਰ ਤੁਸੀਂ ਹੈਗੇ ਨਾ, ਰੈਂਕ ਦੇ ਵਰਕਰਾਂ ਨਾਲ ਧੱਕਾ ਹੁੰਦਾ ਹੋਵੇ, ਸ਼ੋ ਕਰੋ ਕਿ ਸਰਕਾਰ ਨੇ ਇੱਦਾਂ ਕੋਈ ਸਿਸਟਮੈਟਿਕਲੀ ਕੋਈ ਇੱਦਾਂ ਦਾ ਉਹਨਾਂ ਦੀ ਪ੍ਰੈਕਟਿਸ ਹੋਵੇ ਕਿ ਇੱਦਾਂ ਉਹ ਟਾਰਗੇਟ ਕਰਦੀ ਆ, ਕਿ ਸਾਰੇ ਜਾਣੇ ਤੁਸੀਂ ਕਹਿ ਤਾਂ ਰਹੇ ਆ ਪਰ ਪ੍ਰੂਫ ਕਿੱਥੇ ਆ ਕਿ ਇੱਦਾਂ ਦਾ ਧੱਕਾ ਜਿਹੜਾ ਹੁੰਦਾ। ਤੇ ਉਹ ਜਿਹੜੇ ਕਾਫੀ ਸਾਰੇ ਜੱਜ ਆ ਜਿਹੜੇ ਉਹ 50-50 ਸਟੈਂਸ ਉਹਨਾਂ ਦਾ ਹੈਗਾ, ਤੇ ਉਹ ਕਹਿੰਦੇ ਆ ਕਿ ਕੋਈ ਵੀ ਇੱਦਾਂ ਦੀ ਡੈਮੋਨਸਟ੍ਰੇਸ਼ਨ ਨਹੀਂ ਹੈਗੀ ਕਿ ਹਾਈ ਲੈਵਲ ਵਾਲੇ ਬੰਦਿਆਂ ਨੂੰ ਉਹ ਟਾਰਗੇਟ ਜ਼ਰੂਰ ਕਰਦੇ ਆ, ਪਰ ਜਿਹੜੇ ਇੱਕ ਬਿਲਕੁਲ ਪੋਸਟਰ ਬੋਆਏ ਜਿਹੜਾ ਜਾਂ ਛੋਟੇ ਮੋਟੇ ਕੰਮ ਕਰਦਾ, ਕੁਰਸੀਆਂ ਮੇਜ ਰਖਾਉਂਦਾ, ਉਹਨੂੰ ਪ੍ਰੋਬਲਮ ਆ ਰਹੀਆਂ ਇਹਦੀਆਂ ਕੰਟਰੀ ਕੰਡੀਸ਼ਨ ਜਿਹੜੀਆਂ ਹੈ ਨੀਗੀਆਂ। ਤੇ ਉਹ ਜਿਹੜਾ ਚੈਲੰਜ ਇੱਕ ਕੋਰਟ ਦੇ ਵਿੱਚ ਕਿ ਇੰਡੀਆ ਵਾਲੀ ਗਤੀਵਿਧੀ ਆ, ਇੰਡੀਆ ਵਾਲਾ ਜਿਹੜਾ ਥ੍ਰੈਟਸ ਉਹਦਾ ਹਮੇਸ਼ਾ ਰਹਿੰਦਾ ਪਾਰਟੀ ਦੇ ਰੈਂਕ ਨੂੰ ਲੈ ਕੇ ਕਿ ਰੈਂਕ ਤੁਹਾਡਾ ਕੀ ਸੀਗਾ, ਲੀਡਰਸ਼ਿਪ ਪੋਜੀਸ਼ਨ ਤੇ ਸੀਗੇ ਕਿ ਛੋਟੇ ਮੋਟੇ ਵਰਕਰ ਸੀਗੇ।
ਸੋ ਜਿਹੜਾ ਉਹ ਕਈ ਜੱਜਾਂ ਉਹਨਾਂ ਦਾ ਵਿਊ ਹੁਣ ਇਹ ਹੈ ਕਿ ਜਿਹੜਾ ਬੰਦਾ ਸਿਰਫ ਪੋਸਟਰ ਲਾਉਂਦਾ ਜਾਂ ਵਿਆਹ ਸ਼ਾਦੀ ਦੇ ਵਿੱਚ ਗਰੀਬ ਕੁੜੀਆਂ ਦੇ ਵਿਆਹ 'ਚ ਹੈਲਪ ਕਰਦਾ ਜਾਂ ਕੈਂਪਾਂ ਕੁੰਪਾਂ 'ਚ ਪਾਰਟੀਸਪੇਟ ਕਰਦਾ ਜਾਂ ਰੈਲੀਆਂ ਰੂਲੀਆਂ ਅਟੈਂਡ ਕਰਦਾ, ਭੀੜ ਦੇ ਨਾਲ ਜਿਹੜੀ ਚੀਜ਼ ਤੁਸੀਂ ਕਰਦੇ ਆ ਹਮੇਸ਼ਾ, ਉਹ ਤੁਸੀਂ ਇੱਕ ਪਾਰਟੀ ਮੈਂਬਰ ਜਾਂ ਵਰਕਰ ਹੁੰਦੇ ਹੋ ਐਟ ਬੈਸਟ। ਤੇ ਉਹ ਜਿਹੜੇ ਪਾਰਟੀ ਵਰਕਰ ਆ ਉਹਨਾਂ ਦਾ ਮੇਨ ਸਵਾਲ ਇਹ ਹੁੰਦਾ ਕਿ ਤੈਨੂੰ ਕਿਉਂ ਟਾਰਗੇਟ ਕੀਤਾ ਉਹਨਾਂ ਨੇ ਇੰਨੇ ਸਾਰੇ ਲੋਕਾਂ 'ਚੋਂ, ਹਜ਼ਾਰਾਂ 'ਚੋਂ ਸਹੀ ਗੱਲ ਲੱਗਾ, ਤੈਨੂੰ ਹੀ ਕਿਉਂ ਟਾਰਗੇਟ ਕੀਤਾ, ਤੇਰੇ 'ਚ ਕੀ ਸੀਗਾ। ਤੇ ਉਹਦੇ ਵਿੱਚ ਕਈ ਜਿਹੜੇ ਹੁਣ ਕੀ ਹੁੰਦਾ ਕਿ ਜਿਹੜਾ ਰਿਸਪੋਂਡੈਂਟ ਹੈ ਕਲਾਇੰਟ ਹੈ, ਉਹਦੀ ਪੋਲੀਟੀਕਲ ਨੌਲੇਜ, ਉਹਦੀ ਹਾਜ਼ਰ ਜਵਾਬੀ, ਉਹ ਬੜਾ ਜਿਹੜਾ ਮੈਟਰ ਕਰਦੀ ਆ ਕਿ ਉਹ ਜਵਾਬ ਜਿਹੜਾ ਕਿੱਦਾਂ ਦੇ ਸਕਦੇ ਆ ਨਹੀਂ ਦੇ ਸਕਦੇ ਆ। ਤੇ ਕਈ ਵਾਰੀ ਉਹ ਜਵਾਬ ਜਿਹੜਾ ਹੁੰਦਾ ਉਹ ਇਹੀ ਆਉਂਦਾ ਕਿ ਮੈਂ ਕਿਉਂਕਿ ਗਤੀਵਿਧੀ ਬਹੁਤ ਕਰਦਾ ਸੀਗਾ ਤੇ ਮੈਂ ਆਹ ਚੀਜ਼ਾਂ ਕਰਦਾ ਸੀਗਾ, ਤੇ ਜੱਜ ਸਾਹਿਬ ਕਹਿੰਦੇ ਕਿ ਇਹ ਤਾਂ ਤੂੰ ਪਹਿਲਾਂ ਵੀ ਦੱਸ ਕੇ ਹਟਿਆ ਤੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਕਿ ਮੈਂ ਇਹ ਪੁੱਛ ਰਿਹਾ ਕਿ ਇੰਨੀ ਸਾਰੀ ਭੀੜ 'ਚੋਂ ਤੇ ਇਹ ਮਗਰੀ ਕਿਉਂ ਪੈ ਗਏ ਛੱਡ ਕੇ, ਕਿ ਪਿੰਡ 'ਚ ਹੋਰ ਵੀ ਬੰਦੇ ਆ, ਲਾਗਲੇ ਪਿੰਡਾਂ 'ਚ ਵੀ ਹੋਰ ਬੰਦੇ ਆ, ਤੂੰ ਇਹੋ ਜਿਹਾ ਕੀ ਕੀਤਾ। ਤੇ ਉਹ ਫੇਰ ਜੇ ਜਵਾਬ ਉਹੀ ਰਹੇ ਕਿ ਨਹੀਂ ਮੈਂ ਬੰਦੇ ਨਾਲ ਜੁਆਇਨ ਕਰਾਏ, ਮੈਂ ਗਤੀਵਿਧੀ ਕੀਤੀ ਆ, ਤੇ ਉਹ ਜੱਜ ਕਈ ਜਿਹੜੇ ਹੈਗੇ ਉਹ ਕਹਿੰਦੇ ਮੈਂ ਕਨਵਿੰਸ ਨਹੀਂ ਹੋਇਆ ਠੀਕ ਹੈ ਜੀ ਕਿ ਤੂੰ ਸਵਾਲ ਦਾ ਜਵਾਬ ਨਹੀਂ ਦਿੱਤਾ, ਤੂੰ ਸਮਝਾ ਨਹੀਂ ਪਾਇਆ ਕਿ ਤੇਰੇ ਮਗਰ ਕਿਉਂ ਜਿਹੜਾ ਉਹਨਾਂ ਨੇ ਸਪੈਸੀਫਿਕਲੀ ਜਿਹੜਾ ਟਾਰਗੇਟ ਕੀਤਾ। ਸੋ ਇਹ ਜਿਹੜਾ ਮੁੱਦਾ ਸਪੈਸ਼ਲੀ ਜਿਹੜਾ ਸੈਂਟਾਨਾ ਵਗੈਰਾ ਕੋਰਟ ਆ, ਉਹਦੇ ਵਿੱਚ ਇਹ ਪਾਰਟੀ ਦੇ ਰੈਂਕ ਨੂੰ ਰਿਲੇਟਡ ਜਿਹੜੇ ਸਵਾਲ ਬਹੁਤ ਪੁੱਛੇ ਜਾ ਰਹੇ ਆ। ਸੋ ਉੱਥੇ ਜੱਜਸ ਦੀ ਆਪਾਂ ਨੂੰ ਪਤਾ ਜਿੱਦਾਂ ਤੁਸੀਂ ਦੱਸਿਆ ਵੀ ਪਰਸੈਂਟੇਜ ਵੀ ਥੋੜੀ ਜੀ ਉਸ ਹਿਸਾਬ ਦੇ ਨਾਲ ਆ ਤੇ ਸਵਾਲ ਜਵਾਬ ਜ਼ਿਆਦਾ ਆ। ਇਹ ਤੁਸੀਂ ਆਪਣੇ ਹੁਣ ਕਰੀਅਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਦੇਖੀਆਂ, ਚੇਂਜ ਜਿਹੜਾ ਦੇਖਿਆ ਵੀ ਇਹ ਕੁਐਸਚਨਸ ਪਹਿਲਾਂ ਨਾਲੋਂ ਜ਼ਿਆਦਾ ਵਧੇ ਆ, ਇਨਕੁਆਇਰੀਜ਼ ਇਦਾਂ ਦੀਆਂ ਜ਼ਿਆਦਾ ਵਧੀਆਂ ਆ ਆ ਜਿਹੜੇ ਜੱਜ ਤੇ ਜਿਹੜੇ ਸਰਕਾਰੀ ਵਕੀਲਾਂ ਦੇ ਦੁਆਰਾ? ਹਾਂਜੀ, ਕਈ ਸਟੈਂਸ ਹੁੰਦਾ ਆਪਣਾ, ਜਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਥੋੜਾ ਜਿਹਾ ਰਾਈਟ ਵੇ ਕੋਰਟ ਦੇ ਵਿੱਚ ਕਿ ਜੱਜ ਸਾਹਿਬ ਤੇ ਸਰਕਾਰੀ ਵਕੀਲ ਕਿਹੜੇ ਆ। ਸਰਕਾਰੀ ਵਕੀਲ ਤੇ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਡਿਪੈਂਡ ਕਰਦੀਆਂ ਕਿ ਕਿੱਥੇ ਕਿ ਉਹਨਾਂ ਨੇ ਜਾ ਕੇ ਆਪਣਾ ਲੈਟ ਗੋ ਕਰਨਾ, ਕਿ ਕਿੱਥੇ ਤੱਕ ਉਹਨਾਂ ਨੇ ਅੜੇ ਰਹਿਣਾ। ਓਕੇ ਠੀਕ ਹੈ। ਤੇ ਦੂਸਰਾ ਇਹ ਹੈ ਕਿ ਉਹਨਾਂ ਨੂੰ ਵੀ ਹੁਣ ਟਾਈਮ ਹੋ ਗਿਆ ਹਰੇਕ ਚੀਜ਼ ਜਿਹੜੀ ਕਰਦੇ ਹੋਏ, ਹਨਾ, ਕਿ ਡਾਕੂਮੈਂਟਸ ਦੇ ਵਿੱਚ ਕਈਆਂ ਦੇ ਵਿੱਚ ਕਾਫੀ ਜਿਹੜੀ ਪ੍ਰੋਬਲਮ ਆ, ਸਪੈਸ਼ਲੀ ਹਰਿਆਣੇ ਵਾਲੇ ਕੇਸ ਆ, ਉਹਦੇ ਵਿੱਚ ਡਾਕੂਮੈਂਟਸ 'ਚ ਬੜੀ ਪ੍ਰੋਬਲਮ ਆ, ਉਹ ਕਈ ਵਾਰੀ ਫੋਰੈਂਸਿਕਸ ਨੂੰ ਰੈਫਰ ਹੋ ਜਾਂਦੇ ਨੇ। ਹਸਪਤਾਲ ਜਿਹੜੇ ਆ ਉਹ ਦੋ ਚਾਰ ਮੇਰੇ ਖਿਆਲ ਜਿਹੜੇ ਸੇਮ ਸੇਮ ਜੇ ਹਸਪਤਾਲ ਬੜੇ ਉਹਨਾਂ ਨੂੰ ਵੇਖਣ ਨੂੰ ਮਿਲ ਰਹੇ ਆ, ਕਿ ਜੇ ਗੂਗਲ ਕਰੋ ਤੇ ਹਸਪਤਾਲ ਉੱਥੇ ਹੁੰਦਾ ਨਹੀਂ। ਅੱਛਾ ਠੀਕ ਹੈ। ਉਹਦੇ ਕਈ ਵਾਰੀ ਸਰਕਾਰ ਐਵੀਡੈਂਸ ਜਮ੍ਹਾਂ ਕਰਾ ਦਿੰਦੀ ਹੈਗੀ ਤੇ ਹਸਪਤਾਲ ਐਗਜ਼ਿਸਟ ਨਹੀਂ ਕਰਦਾ। ਓਕੇ ਜੀ। ਤੇ ਉਹ ਕੋਈ ਸੰਜੀਵਨੀ ਹਸਪਤਾਲ ਆ, ਕੋਈ ਕੁਛ ਆ, ਕਾਫੀ ਜਿਹੜੇ ਕਈ ਵਾਰੀ ਨਾ ਕਾਮਨ ਕਾਮਨ ਜਿਹੜੇ ਹਸਪਤਾਲ ਆ ਉਹਦੇ ਵਿੱਚ ਉਹਨਾਂ ਦਾ ਇਹ ਹੈ ਕਿ ਇਹ ਹਸਪਤਾਲ ਸਾਰਿਆਂ ਦੇ ਸੇਮ ਕਿਉਂ ਆ, ਇਹ ਜਿਹੜੇ ਹਸਪਤਾਲ ਆ ਇਹਨਾਂ ਦੀ ਜਿਹੜੀ ਫਾਰਮੈਟ ਆ ਲਿਖਾਈ ਆ ਲਿਖਣ ਦੀ, ਇੱਕ ਹਸਪਤਾਲ ਦਾ ਜਿਹੜਾ ਢਾਂਚਾ ਲੈਟਰ ਦਾ ਲਿਖਣ ਦਾ, ਜਾਂ ਉਹਦੀਆਂ ਜਿਹੜੀਆਂ ਗਲਤੀਆਂ ਉਹ ਦੂਸਰੇ ਹਸਪਤਾਲ ਦੇ ਵਿੱਚ ਵੀ ਉਹ ਕਹਿੰਦੇ ਕਿ ਸੇਮ ਕਿੱਦਾਂ ਆ ਗਈਆਂ। ਸੋ ਇਹ ਵਾਲੇ ਮੁੱਦੇ ਜਿਹੜੇ ਹੋ ਗਏ ਕਿ ਐਫੀਡੈਵਿਟ ਆ ਜਿਹੜੇ ਕਿ ਉਹ ਐਫੀਡੈਵਿਟ ਦੇ ਜਿਹੜਾ ਇੱਕ ਬਾਪੂ ਨੇ ਐਫੀਡੈਵਿਟ ਲਿਖਿਆ ਉਹਦਾ ਜਿਹੜਾ ਢਾਂਚਾ ਉਹ ਸੇਮ ਕਿਉਂ ਹੈਗਾ ਗੁਆਂਢੀ ਦੇ ਐਫੀਡੈਵਿਟ ਨਾਲ ਜਾਂ ਮਦਰ ਦੇ ਐਫੀਡੈਵਿਟ ਨਾਲ, ਕਿ ਕੀ ਤੇ ਫਾਦਰ ਨੇ ਲਿਖਿਆ ਵੀ ਹੈਗਾ ਕਿ ਵਿੱਚ ਕੋਈ ਟਰਾਂਸਲੇਟਰ ਇੰਟਰਪ੍ਰੇਟਰ ਪਵਾਇਆ ਹੋਇਆ, ਹਨਾ, ਉਹ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਤੇ ਉਹਦੇ ਵਿੱਚ ਕਈ ਵਾਰੀ ਇਹਦੇ ਵਿੱਚ ਸਲਾਹ ਵੀ ਕੀਤੀ ਆ, ਡਿਸਕਸ਼ਨ ਵੀ ਕੀਤੀ ਆ ਕਿ ਜਿਹੜਾ ਆਪਣਾ ਹੱਥੀ ਉਹਨਾਂ ਕੋਲ ਆਪ ਜਿਹੜੇ ਲਿਖਾਓ ਉਹਨਾਂ ਦੀ ਜ਼ਬਾਨੀ ਆਪਣੇ ਹੱਥੀ ਲਿਖਣ, ਭਾਵੇਂ ਇੱਕ ਪੈਰਾਗ੍ਰਾਫ ਹੀ ਲਿਖਣ, ਉਹਦੀ ਜ਼ਿਆਦਾ ਵੈਲਿਊ ਜਿਹੜੀ ਰਹਿੰਦੀ ਆ ਵਰਸਿਸ ਕਿ ਜਿਹੜੇ ਢਾਂਚੇ ਵਾਲੇ ਕੋਈ ਵਿੱਚ ਇੰਟਰਮੀਡੀਏਰੀ ਬੰਦਾ ਵਕੀਲ ਇੰਗੇਜ ਹੋ ਜਾਂਦਾ ਤੇ ਸਿਰਫ ਇਹੀ ਚੀਜ਼ ਤੇ ਟੈਸਟੀਫਾਈ ਕਰ ਸਕਦੇ ਆ ਜੋ ਉਹਨਾਂ ਨੇ ਆਪ ਆਪਣੇ ਅੱਖੀਂ ਵੇਖਿਆ, ਤੇ ਜਿਹੜੀਆਂ ਉਹਨਾਂ ਦੇ ਪਿੱਠ ਪਿੱਛੇ ਚੀਜ਼ਾਂ ਹੋਈਆਂ ਸੀ ਉਹਨਾਂ ਦਾ ਟੈਸਟੀਫਾਈ ਕਰਨ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਰਹਿੰਦਾ ਕਿਉਂਕਿ ਉਹਨਾਂ ਨੇ ਵੇਖਿਆ ਨਹੀਂ ਹੁੰਦਾ। ਤੇ ਕਈ ਜਿਹੜੇ ਹੁਣ ਸਪੈਸੀਫਿਕਲੀ ਸੈਂਟਾਨਾ ਕੋਰਟ ਦੇ ਵਿੱਚ
ਉਹ ਇਹ ਜ਼ਰੂਰ ਐਮਫੇਸਿਸ ਕਰਦੇ ਆ ਕਿ ਗਵਾਹੀ ਕਿਉਂ ਨਹੀਂ ਕੋਈ ਦੇਣ ਆਇਆ, ਮਾਪੇ ਜਾਂ ਭੈਣ ਭਰਾ ਜਿਹੜੀ ਇੰਡੀਆ 'ਚ ਵੀ ਆ, ਵੈਬਐਕਸ ਰਾਹੀਂ ਗਵਾਹੀ ਕਿਉਂ ਨਹੀਂ ਦੇ ਰਹੇ? ਤੇ ਉਹਨਾਂ ਦਾ ਸੁਜੈਸ਼ਨ ਇਹੀ ਹੈ ਕਿ ਗਵਾਹ ਆਪਣੇ ਲੈ ਕੇ ਆਓ ਜੇ ਲੈ ਕੇ ਆ ਸਕਦੇ ਆ, ਠੀਕ ਆ, ਤੇ ਇੰਕਲੂਡਿੰਗ ਡਾਕਟਰ ਜਾਂ ਇੰਕਲੂਡਿੰਗ ਜੇ ਕਿਸੇ ਧਰਮ ਕਨਵਰਜਨ ਵਾਲੇ ਕੇਸ ਆ, ਇੰਕਲੂਡਿੰਗ ਜਿਹੜਾ ਪੈਸਚਰ ਵਗੈਰਾ ਹੁੰਦਾ ਉਰੇ ਵੀ ਜਿਹੜੇ ਉਹ ਮੰਗਾਉਂਦੇ ਆ। ਤੇ ਇੱਦਾਂ ਜਿਹੜੀਆਂ ਚੀਜ਼ਾਂ ਹੁਣ ਕਾਫੀ ਜਿਹੜੀਆਂ LA ਤੇ ਸੈਂਟਾਨਾ ਦੇ ਕੋਰਟਸ ਦੇ ਵਿੱਚ ਵੇਖਣ ਨੂੰ ਜਿਹੜੀਆਂ ਮਿਲ ਰਹੀਆਂ, ਠੀਕ ਹੈ। ਕੈਨੇਡਾ ਕਿੱਧਰਲੇ ਪਾਸੇ ਨੂੰ ਜਾਂਦੇ ਆ, RKK ਦਾ ਹੁਣ ਸਪੀਡ ਜਿਹੜੀ ਫੜੀ ਹੋਈ ਹੈ। ਸੋ RKK ਦਾ ਮੁੱਦਾ ਅਟਾਰਨੀ ਟਿਰਕੇ ਨਾ ਜੀ, ਆਪਾਂ ਨੂੰ ਪਤਾ ਵੀ ਇਹ ਜਿਹੜਾ 9th ਸਰਕਟ ਤੇ ਜਿਹੜਾ ਪਰੇ ਵਾਲਾ ਦੂਜੇ ਵਾਲਾ ਆ ਸਰਕਟ, ਫਸਟ ਸਰਕਟ ਆ, ਦੂਜੇ ਪਾਸੇ ਸੈਕਿੰਡ ਸਰਕਟ, ਸੈਕਿੰਡ ਸੈਕਿੰਡ ਸਰਕਟ ਹਾਂ, ਸਰਕਟ ਆ ਉਹਨਾਂ ਦਾ, ਦੋਨਾਂ ਦਾ ਵੱਖੋ ਵੱਖਰਾ ਸਟਾਂਸ ਆ ਇਸ ਦੇ ਉੱਤੇ। ਕੀ 9th ਸਰਕਟ ਵੀ ਉਹਦੇ ਵਿੱਚ ਸਖਤੀ ਕਰ ਰਿਹਾ ਆ ਜਾਂ ਉਹਨਾਂ ਨੇ ਉਹ ਜਿਹੜੀ ਢਿੱਲ ਦਿੱਤੀ ਹੋਈ ਆ ਸੈਕਿੰਡ ਸਰਕਟ ਦੇ ਮੁਕਾਬਲੇ ਉਹ ਉਦਾਂ ਹੀ ਆ? ਨਹੀਂ, 9th ਸਰਕਟ ਦੇ ਵਿੱਚ ਇਹ ਸੀਗਾ। ਸੋ ਇਹ ਕੇਸ ਤਾਂ ਮੈਟਰ ਆਫ RKK ਮਈ 'ਚ ਦੋ ਜਿਹੜੇ ਕੇਸ ਸੀਗੇ ਇਹਦੇ ਬਾਰੇ ਆਪਾਂ ਡਿਸਕਸ਼ਨ ਵੀ ਕੀਤੀ ਸੀਗੀ ਕਿ ਇਹ ਜੀ ਦੋ ਭਰਾਵਾਂ ਦੇ ਕੇਸ ਸੀਗੇ, ਇੱਕੋ ਹੀ ਵਕੀਲ ਸੀਗਾ ਤੇ ਭਰਾਵਾਂ ਦੇ ਢਾਂਚੇ ਜਿਹੜੇ ਰਲਦੇ ਸੀਗੇ ਉਹਦੇ ਉੱਤੇ ਬਣਿਆ। ਗ੍ਰੈਮੈਟੀਕਲ ਸਿਮਿਲੈਰਿਟੀ ਸੀਗੀਆਂ, ਟਾਈਪੋਗ੍ਰਾਫੀਕਲ ਐਰਰ ਜਿਹੜੇ ਸੀਗੇ ਉਹ ਸਿਮਿਲਰ ਸੀਗੇ, ਇੱਦਾਂ ਦੀਆਂ ਕਈ ਚੀਜ਼ਾਂ ਸੀਗੀਆਂ। ਸੋ ਇਹ ਵਾਧੇ ਵਾਧੇ ਹੁਣ ਕਾਫੀ ਜਿਹੜਾ ਅੱਗੇ ਤੱਕ ਪਹੁੰਚ ਗਿਆ। ਇਨਫੈਕਟ ਤੁਹਾਨੂੰ ਇੱਕ ਮੈਂ ਛੋਟੀ ਜਿਹੀ ਗੱਲ ਦੱਸਦਾ, ਸਾਡਾ ਇੱਕ ਕੇਸ ਸੀਗਾ ਉਹਦੇ ਵਿੱਚ ਪਹਿਲਾਂ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਰਾਈਟ ਵੇ ਉਹਨੂੰ ਡਿਨਾਈ ਕਰਤਾ ਸੀਗਾ ਕਿ RKK ਐਪਲੀਕੇਬਲ ਨਹੀਂ ਹੈਗਾ, ਓਕੇ ਠੀਕ ਆ। ਸਿੱਧੇ ਆਫ ਦਾ ਬੈਟ। ਫਿਰ ਉਹਦੀ ਡਿਸਕਸ਼ਨ ਡਿਸਕਸ਼ਨ ਚੱਲੀ, 80-90% ਕੇਸ ਕੰਪਲੀਟ ਹੋ ਗਿਆ ਸੀਗਾ। ਜੱਜ ਸਾਹਿਬ ਦੀ ਟ੍ਰਾਂਸਫਰ ਹੋ ਗਈ, ਉਹਨਾਂ ਨੇ ਕਿਸੇ ਹੋਰ ਨੂੰ ਦੇ ਦਿੱਤਾ ਜਿਹੜਾ ਆਪਣਾ, ਪਹਿਲਾਂ ਸਾਨੂੰ ਕਹਿ ਗਏ ਸੀਗੇ ਕਿ ਆਪਾਂ ਨਾਲ ਹੀ ਜਿਹੜਾ ਕੇਸ ਲੈ ਕੇ ਜਾਣਾ ਕਿ ਮੈਨੂੰ ਕੰਪਲੀਸ਼ਨ ਤੱਕ ਵੇਖੂੰਗੀ, ਤੇ ਜੇ ਉਹ ਲੈ ਜਾਂਦੇ ਤਾਂ ਕੇਸ ਪਾਸ ਸੀਗਾ। ਮਤਲਬ ਕਿ ਉਹਨਾਂ ਨੇ ਸਿੱਧੇ ਰਾਈਟ ਵੇ ਜਿਹੜਾ ਸੀਗਾ ਕਿ RKK, ਸਭ ਤੋਂ ਮੇਨ ਉਹਦੀ ਆਰਗੂਮੈਂਟ ਕਿ ਡਿਊ ਪ੍ਰੋਸੈਸ ਰਾਈਟ, ਸਾਡੀ ਆਰਗੂਮੈਂਟ ਸੀਗੀ ਕਿ ਡਿਊ ਪ੍ਰੋਸੈਸ ਰਾਈਟ ਦੀ ਵਾਇਓਲੇਸ਼ਨ ਆ ਜਿਹੜੇ ਆਪਣੇ ਕੋਈ ਵੀ ਇਹ ਬੰਦੇ ਆਪਣਾ ਨੂੰ ਕ੍ਰੋਸ ਐਗਜ਼ਾਮਿਨ ਨਹੀਂ ਕਰ ਸਕਦੇ ਕਿ ਸਾਨੂੰ ਨਹੀਂ ਪਤਾ ਕੌਣ ਆ, ਇਹਨਾਂ ਦੇ ਕੇਸ ਪਾਸ ਹੋਏ ਆ ਨਹੀਂ ਹੋਏ, ਇਹਨਾਂ ਨੇ ਕਦੋਂ ਬਣਾਈ ਹੈ ਸਟੇਟ ਡੈਕਲਰੇਸ਼ਨ, ਇਹ ਸਾਡੇ ਵਾਲੇ ਕਲਾਇੰਟ ਤੋਂ ਪਹਿਲਾਂ ਬਣਾਈ ਆ, ਬਾਅਦ 'ਚ ਬਣਾਈ ਆ, ਕਿੱਦਾਂ ਇਹ ਡੈਕਲਰੇਸ਼ਨ ਜਿਹੜੀ ਤਿਆਰ ਹੋਈ ਆ। ਤੇ ਉਹਦੇ ਵਿੱਚ ਆਪਾਂ ਜਿਹੜੀਆਂ ਮੇਨ ਆਰਗੂਮੈਂਟ ਆਪਣੀਆਂ ਸੀਗੀਆਂ ਕਿ ਇਹ ਬਹੁਤ ਜ਼ਿਆਦਾ ਜਿੱਦਾਂ ਨਾ ਬਰੋਡ ਆ, ਕਿ 2-3 ਪੁਆਇੰਟ ਤਾਂ ਸਰਕਾਰ ਦੇ ਆਪ ਦੇ ਸਿਮਿਲਰ ਆ, ਇੱਕ ਪਹਿਲਾਂ ਉਹ ਕਹਿੰਦੇ 2 ਵਾਰੀ ਹਮਲਾ ਹੋਇਆ, ਫਿਰ ਥੱਲੇ ਦੁਬਾਰਾ ਕੋਈ ਦੂਜਾ ਹਮਲਾ ਹੋਇਆ, ਇਹ ਸੇਮ ਹੀ ਪੁਆਇੰਟ ਹੈ ਹਨਾ, ਕਿ ਉਹ ਆ ਕੇ ਕਹਿੰਦੇ ਕਿ ਪੁਲਿਸ ਕੋ ਗਿਆ, ਪੁਲਿਸ ਨੇ ਮਨਾ ਕਰਤਾ, ਦੂਜੀ ਵਾਰੀ ਪੁਲਿਸ ਕੋ ਗਿਆ, ਪੁਲਿਸ ਕੋ ਮਨਾ ਕਰਤਾ, ਕਿ ਇਹ 10 ਪੁਆਇੰਟ ਸਿਮਿਲੈਰਿਟੀ ਦੇਣੀ, ਇਹ ਐਕਚੁਅਲੀ 4-5 ਹੀ ਪੁਆਇੰਟ ਹੈਗੇ ਆ। ਤੇ ਆਪਣੇ ਕੇਸ 'ਚ ਕਾਫੀ ਜਿਹੜਾ ਨਾ ਫਰਕ ਵੀ ਸੀਗਾ ਕਿ ਜਿੱਦਾਂ ਉਹ ਕਹਿੰਦੇ ਕਿ ਪਾਰਟੀ ਦੀ ਗਤੀਵਿਧੀਆਂ ਕਰਦੇ ਉਹਦੇ ਉੱਤੇ ਬੰਦੇ ਤੇ ਹਮਲਾ ਹੋਇਆ, ਤੇ ਗਤੀਵਿਧੀਆਂ ਕਰਦੇ ਹਮਲਾ ਨਹੀਂ ਉਹਦਾ ਹੋਇਆ ਸੀਗਾ, ਹਮਲਾ ਜਿਹੜਾ ਉਹਦਾ ਹੋਇਆ ਸੀਗਾ ਉਹ ਹੋਇਆ ਸੀਗਾ ਜਦੋਂ ਬੰਦਾ ਘਰੇ ਸੀਗਾ ਜਾਂ ਮਾਰਕੀਟ 'ਚ ਸੀਗਾ, ਤੇ ਡਿਫਰੈਂਟ ਸੀਗਾ ਤੇ ਡਿਫਰੈਂਟ ਫੈਕਟ ਪੈਟਰਨ ਸੀਗਾ। ਪਰ ਉਹ ਤਾਂ ਵੀ ਜਿਹੜਾ ਸੀਗਾ, ਜਿਹੜੇ ਜੱਜ ਸਾਹਿਬ ਜਿਹੜੇ ਬਾਅਦ 'ਚ ਆਏ ਉਹਨਾਂ ਨੇ ਸਾਨੂੰ ਨੋਟਿਸ ਭੇਜਿਆ ਕਿ ਆਪਾਂ RKK ਦੇ ਉੱਤੇ ਸੁਣਨਾ ਵਾ, ਮੁੱਦਿਆਂ ਦੇ ਉੱਤੇ ਸੁਣਨਾ, ਤੇ RKK ਦੇ ਮੁੱਦਿਆਂ 'ਤੇ ਸੁਣ ਕੇ ਫਿਰ ਉਹਨਾਂ ਨੇ, ਬੰਦਾ ਪੂਰਾ ਵਧੀਆ ਸੀਗਾ, ਕ੍ਰੈਡੀਬਲ ਸੀਗਾ, ਕੋਈ ਗਲਤੀ ਕੁਛ ਨਹੀਂ ਹੋਇਆ, ਸਿਰਫ ਤੇ ਸਿਰਫ ਆਹੀ ਕਿ RKK ਅਪਲਾਈ ਹੁੰਦਾ, ਜਦਕਿ ਪੂਰਾ ਕਲੀਅਰਲੀ ਕੇਸ 'ਚ ਅਪਲਾਈ ਨਹੀਂ ਹੁੰਦਾ ਸੀਗਾ, ਕਈ ਸਾਰੇ ਜਿਹੜੇ ਜੱਜਿਸ ਉਹਨਾਂ ਨੇ ਨਹੀਂ ਕਰਨਾ ਸੀਗਾ, ਤੇ ਇਨਫੈਕਟ ਸੇਮ ਕੇਸ 'ਚ ਪੁਰਾਣੇ ਜੱਜ ਨੇ ਨਹੀਂ ਕੀਤਾ ਸੀਗਾ। ਤੇ ਜੱਜ ਸਾਹਿਬ ਨੇ ਕਿਹਾ ਕਿ ਇਹ ਬਾਈਂਡਿੰਗ ਜਿਹੜਾ ਡਿਸੀਜਨ ਨਹੀਂ ਹੈਗਾ, ਤੇ ਮੈਂ ਦੁਬਾਰਾ ਤੋਂ ਜਿਹੜਾ ਇਹ ਐਨਾਲਿਸਿਸ ਕਰਨਾ। ਸੋ ਜਿਹੜੀ ਆਫਕੋਰਸ ਹਰੇਕ ਬੰਦੇ ਦਾ ਆਪਣਾ ਓਪੀਨੀਅਨ ਨਹੀਂ ਹੁੰਦਾ, ਤੇ ਓਪੀਨੀਅਨ ਇਹ ਹੈ ਕਿ ਡਿਪੈਂਡ ਕਰਦਾ ਕਿ ਕਿਹੜੇ ਗਿਵਨ ਤੁਸੀਂ ਕਿਹੜੇ ਜੱਜ ਦੇ ਮੂਹਰੇ ਜਾ ਰਹੇ ਹੋ, ਉਹਦਾ RKK ਤੇ ਸਟੈਂਸ ਜਿਹੜਾ ਕੀ ਹੈਗਾ। ਤੇ ਕਾਫੀ ਸਾਰੇ ਜਿਹੜੇ ਜੱਜ ਆ ਉਹ ਜੇ ਕੇਸ ਪਾਸ ਕਰਨਾ ਚਾਹੁੰਦੇ ਆ ਤਾਂ ਉਹ ਬੰਦੇ ਦੀ ਹਾਜ਼ਰ ਜਵਾਬੀ ਦੇਖਦੇ ਆ ਕਿ ਉਹ ਕਿਤੇ ਰੋਬੋਟ ਵਾਂਗੂ ਤਾਂ ਨਹੀਂ, ਰਿਹਰਸ ਤਾਂ ਨਹੀਂ ਆਇਆ, ਕਿਤੇ ਰੱਟ ਕੇ ਤਾਂ ਨਹੀਂ ਆਇਆ।
ਤੇ ਜਦੋਂ ਕਿ ਉਹਨਾਂ ਨੂੰ ਅਨਾਲਿਸਿਸ ਜਦੋਂ ਕਿ ਉਹਨਾਂ ਨੂੰ ਇਹ ਲੱਗੇ ਕਿ ਇਹ ਬੰਦਾ ਸਹੀ ਕਹਿ ਰਿਹਾ, ਵਾਕਈ 'ਚ ਦਮ ਹੈਗਾ, ਇਹਨੂੰ ਪੋਲੀਟੀਕਲ ਨੌਲੇਜ ਹੈ, ਇਹਨੂੰ ਸਾਰਾ ਕੁਛ ਪਤਾ, ਤੇ ਉਦੋਂ ਫਿਰ ਬੰਦੇ ਦੇ ਜਿਹੜੇ ਚਾਂਸ ਜਿਹੜੇ ਹੋਣ ਦੇ ਪਾਸ ਹੋਣ ਦੇ ਕੇਸ ਜਿਹੜੇ ਵੱਧ ਜਾਂਦੇ ਓਬਵੀਅਸਲੀ, ਹੈ ਨਾ। ਤੇ ਜੇ ਬੰਦਾ ਆਪਣੀ ਪੋਲੀਟੀਕਲ ਓਪੀਨੀਅਨ ਨਾ ਦੱਸ ਸਕੇ, ਪੋਲੀਟਿਕਸ ਬਾਰੇ ਦੱਸ ਨਾ ਸਕੇ, ਉਦੋਂ ਪ੍ਰੋਬਲਮ ਜਿਹੜੀਆਂ ਹੋ ਜਾਂਦੀਆਂ। ਤੇ ਜਿਹੜੇ ਸੁਣ ਰਹੇ ਆ, ਜਿਹਨਾਂ ਦੇ ਕੇਸ ਆ ਰਹੇ ਆ, ਰਾਈਟ, ਸੋ ਦੋ ਤੁਹਾਨੂੰ ਚੀਜ਼ਾਂ ਜਿਹੜੀਆਂ ਮੇਨ ਦੱਸੂੰਗਾ ਜਿਹੜੀਆਂ ਤੁਹਾਨੂੰ ਕੇਸ 'ਚ ਫਾਇਦਾ ਕਰੂਗੀਆਂ। ਠੀਕ ਹੈ। ਸੋ ਤੁਹਾਡੀ ਪਾਰਟੀ ਕਦੋਂ ਬਣੀ, ਕਿਹੜੇ ਸਾਲ 'ਚ ਬਣੀ, ਜਿਹੜੇ ਤੁਹਾਡੀ ਪਾਰਟੀ ਦੇ ਲੀਡਰ ਆ, ਜਿਹੜੀ ਵੀ ਪਾਰਟੀਆਂ ਤੁਹਾਡੀਆਂ ਹੈਗੀਆਂ, ਕਿੰਨੀ ਵਾਰੀ ਉਹ ਜਿੱਤੇ ਆ, ਕਦੋਂ ਕਦੋਂ ਜਿੱਤੇ ਆ, ਆਖਰੀ ਵਾਰੀ ਕਿੱਥੋਂ ਜਿੱਤੇ ਸੀ, ਕਿੰਨੀਆਂ ਵੋਟਾਂ ਨਾਲ ਜਿੱਤੇ ਆ, ਇਦਾਂ ਦੀਆਂ ਚੀਜ਼ਾਂ ਵੀ। ਤੁਹਾਡੇ ਸਟੇਟ ਦੇ ਵਿੱਚ ਵੋਟਾਂ ਜਿਹੜੀਆਂ ਕਦੋਂ ਪਈਆਂ, ਲੋਕਾਂ ਨੂੰ ਉਹੀ ਨਹੀਂ ਹੁਣ ਕਈਆਂ ਨੂੰ ਪਤਾ ਹੁੰਦਾ ਯਾਦ ਕਿ ਉਹ ਨਹੀਂ ਕਹਿੰਦਾ ਹੁੰਦਾ। ਵੋਟਰ ਕਾਰਡ ਬਣਾਇਆ, ਵੋਟ ਪਾਈ ਆ, ਉਹ ਕਹਿੰਦਾ ਪਾਈ ਆ, ਕਹਿੰਦਾ ਕਿਹਨੂੰ ਪਾਈ ਆ, ਤੇ ਆਪਣੀ ਪਾਰਟੀ ਦੇ ਬੰਦੇ ਨੂੰ ਪਾਈ ਸੀ ਕਿ ਵਿਰੋਧੀ ਪਾਰਟੀ ਦੇ ਬੰਦੇ ਨੂੰ ਪਾਈ ਸੀ, ਤੇ ਜਿਹੜੀ ਵੋਟ ਪਾਈ ਸੀ ਉਹਦੇ ਵਿੱਚ ਬੰਦਾ ਅਪੋਜੀਸ਼ਨ 'ਚ ਕਿਹੜੇ ਕਿਹੜੇ ਬੰਦੇ ਖੜੇ ਸੀਗੇ, ਠੀਕ ਹੈ। ਕਿੰਨੀਆਂ ਸੀਟਾਂ ਨਾਲ ਉਹ ਜਿੱਤੇ ਆ, ਹੈ ਨਾ। ਤੁਹਾਡੇ ਇਲਾਕੇ ਦੀ ਪੋਲਿਟਿਕਸ ਦਾ ਤੁਹਾਨੂੰ ਪਤਾ ਹੋਵੇ, ਸਟੇਟ ਦੀ ਪੋਲਿਟਿਕਸ ਦਾ ਪਤਾ ਹੋਵੇ, ਤੇ ਬਹੁਤ ਜ਼ਿਆਦਾ ਜਿਹੜੀ ਜਨਤਾ ਵਾ, ਮਜ਼ਾਕ ਨਹੀਂ ਇਹਦੇ ਵਿੱਚ ਕੋਈ, ਸੱਚ ਆ ਇਹ। ਮੈਜੋਰਿਟੀ ਜਨਤਾ ਨੂੰ ਮੇਰੇ ਖਿਆਲ ਇਹ ਨਹੀਂ ਪਤਾ ਹੋਣਾ ਕਿ ਇੰਡੀਆ ਦੀ ਜਿਹੜੀ ਇਲੈਕਸ਼ਨ ਆ ਨੈਸ਼ਨਲ ਲੈਵਲ ਤੇ ਉਹ ਕਦੋਂ ਹੋਈ ਆ, ਉਹ ਇਲੈਕਸ਼ਨ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਸੀਟਾਂ ਕਿਹੜੀ ਪਾਰਟੀ ਨੇ ਜਿੱਤੀਆਂ, ਕਿਹੜੀ ਪਾਰਟੀ ਨਾਲ ਕੋਲੀਸ਼ਨ ਬਣਾਈ ਆ, ਕੋਲੀਸ਼ਨ ਦੀਆਂ ਕਿੰਨੀਆਂ ਸੀਟਾਂ, ਕੋਲੀਸ਼ਨ ਦੀਆਂ ਜਿਹੜੀਆਂ ਆਈਆਂ ਨਾਲ, ਕੋਲੀਸ਼ਨ ਤੋਂ ਬਾਅਦ ਟੋਟਲ ਕਿੰਨੀਆਂ ਸੀਟਾਂ ਚਾਹੀਦੀਆਂ ਹੁੰਦੀਆਂ ਬੰਦੇ ਨੂੰ ਕਿਸੇ ਵੀ ਮੈਜੋਰਿਟੀ ਪਾਰਟੀ ਨੂੰ ਜਿੱਤਣ ਲਈ, ਕਿ ਟੋਟਲ ਹੈ ਕਿੰਨੀਆਂ ਸੀਟਾਂ ਤੇ ਤੁਹਾਨੂੰ ਕਿੰਨੀਆਂ ਚਾਹੀਦੀਆਂ ਹੁੰਦੀਆਂ ਜਿੱਤਣ ਲਈ, 271 ਚਾਹੀਦੀਆਂ, 272 ਚਾਹੀਦੀਆਂ, 273 ਚਾਹੀਦੀਆਂ, ਤੇ ਐਗਜੈਕਟਲੀ ਕਿੰਨੀਆਂ ਸੀਟਾਂ ਸੀਗੀਆਂ, ਕਿ 240 ਸੀਟਾਂ ਜਿੱਤਿਆ ਕੋਈ, ਤੇ ਕੋਲੀਸ਼ਨ ਗਵਰਨਮੈਂਟ ਜਿਹੜੀ ਕਿੱਦਾਂ ਉਹ ਜਿਹੜੀ ਫਾਰਮ ਹੁੰਦੀ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ, ਜੱਜ ਹੁਣਾਂ ਨੂੰ ਵੀ ਜਿਹੜਾ ਅਖਬਾਰਾਂ ਚੋਂ ਪੜ੍ਹਦੇ ਆ, ਖਬਰਾਂ ਵੇਖਦੇ ਆ, ਪਤਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ, ਜਿਹੜਾ ਕਿਉਂਕਿ ਸਿਆਸੀ ਜਿਹੜੇ ਅਸਾਈਲਮ ਆ, ਤਾਂ ਓਬਵੀਅਸਲੀ ਸਿਆਸੀ ਜਿਹੜੀ ਨੌਲੇਜ ਉਹ ਟੈਸਟ ਜਿਹੜੀ ਹੁੰਦੀ ਹੈ ਨਾ, ਤੇ ਉਹ ਜਿਹੜੀ ਕਾਫੀ ਡਿਟੇਲ ਦੇ ਵਿੱਚ ਜਾਂਦੇ ਆ। ਸੋ ਪੋਲਿਟਿਕਸ ਦੇ ਬਾਰੇ ਤੁਹਾਨੂੰ ਜਿਹੜਾ ਜ਼ਰੂਰ ਪਤਾ ਹੋਣਾ ਚਾਹੀਦਾ। ਜੀ ਅਟਾਰਨੀ ਟੇਰ ਕਹਿਣਾ ਜੀ, ਹੁਣ ਜਿੱਦਾਂ ਹਰਿਆਣੇ ਵਾਲੇ ਵੀ ਕਾਫੀ ਆ, ਉਹ ਵੀ ਅਸਾਈਲਮ ਦੇ, ਉਹਨਾਂ ਦੇ ਵੀ ਕੇਸ ਚੱਲਦੇ ਆ, ਹੁਣ ਉੱਥੇ ਵੀ ਇਲੈਕਸ਼ਨ ਆ ਰਹੀ ਆ ਭਾਈ। ਇਹੀ ਆਪਾਂ ਕਹਿੰਦੇ ਆ ਵੀ ਜਿਹੜਾ ਅਪਡੇਟ ਹੋ ਜਾਇਓ ਵੀ ਕੀ ਹੈਗਾ, ਕਿਵੇਂ ਕਿਵੇਂ ਆ, ਜਿਹੜੀ ਉਹਨਾਂ ਦੇ ਵੀ ਕਾਫੀ ਜਿਹੜੇ ਕੇਸਿਸ ਆ ਰਹੇ ਹੈਗੇ ਆ। ਸੋ ਆਪਣੇ ਆਪ ਨੂੰ ਭਾਈ ਅਪਡੇਟ ਜਿਹੜਾ ਇਸ ਚੀਜ਼ 'ਚ ਲੈ ਕੇ ਰੱਖੋ। ਜੇ ਤੁਸੀਂ ਅਪਡੇਟਡ ਨਹੀਂ ਹੈਗੇ, ਫਿਰ ਸਵਾਲ ਇਹ ਉੱਠਦਾ ਕਿ ਕ੍ਰੈਡੀਬਿਲਿਟੀ ਹਮੇਸ਼ਾ ਜਿਹੜੀ ਕੁਐਸਚਨ 'ਚ ਰਹਿੰਦੀ ਹੈ ਬੰਦੇ ਦੀ, ਵੀ ਸੱਚ ਬੋਲਦਾ ਕਿ ਝੂਠ, ਸੱਚ ਬੋਲਦਾ ਕਿ ਝੂਠ ਬੋਲਦਾ। ਸੋ ਜੱਜ ਸਾਹਿਬ ਲਈ ਜਦੋਂ ਕੋਈ ਬੰਦਾ ਆਨਸਰ ਨਹੀਂ ਦੇ ਪਾਉਂਦਾ ਪੋਲਿਟਿਕਸ ਦੇ ਉੱਤੇ, ਰਿਲੀਜਨ ਦੇ ਉੱਤੇ, ਸੋ ਕ੍ਰੈਡੀਬਿਲਿਟੀ ਤੇ ਡਾਊਟ ਆ ਜਾਂਦਾ ਕਿ ਇਹ ਬੰਦਾ ਸੱਚ ਬੋਲ ਰਿਹਾ, ਝੂਠ ਬੋਲ ਰਿਹਾ, ਇੱਕ ਜੈਨੂਇਨ ਬਿਲੀਫ ਹੈ ਇਹਦਾ ਕਿ ਇਹਨੂੰ ਏਜੰਟ ਨੇ ਦੱਸਦਾ, ਹੈ ਨਾ। ਇਹ ਤਾਂ ਜੱਜਸ ਨੂੰ ਕਈਆਂ ਨੂੰ ਇਹ ਵੀ ਲੱਗਦਾ ਕਿ ਇਹ ਬਾਰਡਰ ਟੱਪ ਕੇ ਝੂਠ ਟੱਪ ਕੇ ਜੇ ਕੋਈ ਆਇਆ ਹੋ ਸਕਦਾ, ਕਿ ਏਜੰਟ ਨੇ ਇਹਨਾਂ ਨੂੰ ਦੱਸਤਾ ਹੋਵੇ ਕੀ ਕਹਿਣਾ ਜਾਂ ਕੀ ਨਹੀਂ ਕਹਿਣਾ, ਹੈ ਨਾ, ਬਾਰਡਰ ਤੇ। ਤੇ ਉਹ ਚੀਜ਼ ਜਿਹੜੀ ਕੋਰਟ ਦੇ ਵਿੱਚ ਓਬਵੀਅਸਲੀ 10% ਜਿੱਦਾਂ ਦੱਸਿਆ ਕਿ 10% ਤੁਹਾਨੂੰ ਚਾਂਸ ਨਾਲ ਕਨਵਿੰਸ ਜਿਹੜਾ ਕਰਨਾ ਹੁੰਦਾ, ਸਟੈਂਡਰਡ ਕੋਈ ਅਸਾਈਲਮ ਦਾ ਇੰਨਾ ਜ਼ਿਆਦਾ ਕੰਪਲੀਕੇਟਡ ਨਹੀਂ ਹੁੰਦਾ, 10% ਲਾਈਕਲੀਹੁਡ ਕਿ ਤੁਹਾਡੇ ਨਾਲ ਧੱਕਾ ਹੋਊਗਾ, ਹੈ ਨਾ, ਕੰਪੇਅਰ ਟੂ ਕਈ ਜਿਹੜੇ ਬਾਕੀ ਰਿਲੀਫ ਆ, ਉਹ 'ਚ 50% ਤੋਂ ਜ਼ਿਆਦਾ ਜਿਹੜਾ ਤੁਹਾਨੂੰ ਦੱਸਣਾ ਪੈਂਦਾ। ਸੋ 10% ਪ੍ਰੋਬੇਬਿਲਿਟੀ ਨਾਲ ਤੁਸੀਂ ਦੱਸਣਾ ਹੁੰਦਾ, ਤੇ ਜੇ ਤੁਸੀਂ ਦੱਸ ਦਿਓ ਤਾਂ ਉਹ ਅਸਾਈਲਮ ਗ੍ਰਾਂਟ ਕਰ ਦਿੰਦੇ ਆ। ਜੀ ਠੀਕ ਹੈ, ਤੁਹਾਨੂੰ ਦੇਖ ਲਓ ਵੀ ਉਹਨਾਂ ਨੇ ਬਾਹਰ ਕੋਈ ਜ਼ਿਆਦਾ ਉੱਚਾ ਨਹੀਂ ਰੱਖਿਆ, ਬਸ ਇਹ ਆ ਵੀ ਤੁਹਾਨੂੰ ਨੌਲੇਜ ਜਿਹੜੀ ਉਸ ਦੇ ਬਾਰੇ ਜਿਹੜੀ ਜ਼ਰੂਰ ਚਾਹੀਦੀ ਹੁੰਦੀ ਆ।